ਤੇ ਜਿਹੜੀ ਕਿ ਮੈਂ ਗੱਲਬਾਤ ਕਰਨ ਲੱਗੀ ਨਾ, ਪਰਮਾਤਮਾ ਦੇ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਵਧੀਆ ਕਣਕਾਂ ਖੜੀਆਂ ਨੇਗੀਆਂ, ਇੱਕ ਨੰਬਰ ਕਣਕਾਂ ਖੜੀਆਂ ਨੇਗੀਆਂ। ਇਸ ਵਾਰ ਕਣਕ ਦੀ ਫਸਲ ਬਹੁਤ ਜ਼ਿਆਦਾ ਵਧੀਆ ਕਣਕ ਦੀ ਫਸਲ ਹੈ। ਜਿਹੜੀ ਮੈਂ ਮੁੱਦੇ 'ਤੇ ਗੱਲਬਾਤ ਕਰਨੀ ਹੈ ਕਿ ਪ੍ਰਸ਼ਾਸਨ ਨੂੰ, ਖਾਸ ਕਰਕੇ ਮੈਂ ਬਿਜਲੀ ਮਹਿਕਮੇ ਨੂੰ ਗੱਲਬਾਤ ਕਰਨ ਲਈ ਜਾ ਰਿਹਾ। ਮਾੜਾ ਇੱਧਰ ਹੀ ਲਿਆ ਬਾਈ, ਬਣ ਕੇ ਬਾਹਰ 'ਚ ਲਿਆ, ਮਾੜਾ ਇੱਥੇ ਲਿਆ ਲਿਆ। ਬਿਜਲੀ ਮਹਿਕਮੇ ਨੂੰ ਮੈਂ ਸੂਚਿਤ ਕਰਨਾ ਚਾਹੁੰਦਾ, ਜਿਵੇਂ ਕਿ ਤਾਰਾਂ ਨਹੀਂ ਸਾਡੀਆਂ ਤਾਰਾਂ, ਇਹ ਲਾਈਵ ਥੋੜ੍ਹਾ ਖਿੱਚ ਕੇ ਸ਼ੇਅਰ ਕਰਨ ਲੱਗ, ਕਿਉਂਕਿ ਮੈਂ ਪੂਰੀ ਸੂਚਿਤ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਅਤੇ ਬਿਜਲੀ ਮਹਿਕਮੇ ਨੂੰ। ਪਿਛਲੇ ਸਾਲ ਸਾਡੀ ਹਜ਼ਾਰਾਂ ਏਕੜ ਕਣਕ ਮੱਚ ਕੇ ਤਬਾਹ ਹੋ ਗਈ। ਪਿਛਲੇ ਸਾਲ ਸਾਡੇ NRI ਵੀਰਾਂ ਨੇ, ਹੋਰ ਬਹੁਤ ਸਾਰੇ ਵੀਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ, ਜਿਨ੍ਹਾਂ ਨੇ ਕਣਕਾਂ ਮੱਚੀਆਂ ਸੀ। ਇਸ ਵਾਰ ਸਾਰੀ ਸਥਿਤੀ, ਸਾਰੇ ਪਾਸੇ ਡਾਵਾਂ ਡੋਲ ਹੋਈ ਪਈ ਆ। ਇਸ ਵਾਰ ਮੈਂ ਖਾਸ ਕਰਕੇ ਬਿਜਲੀ ਮਹਿਕਮਿਆਂ ਨੂੰ, ਜਿੰਨੇ ਵੀ ਸਾਡੇ ਬਿਜਲੀ ਦੇ ਮਹਿਕਮੇ ਦੇ ਵਿੱਚ ਕੰਮ ਕਰਦੇ ਨੇ, ਤਨਖਾਹਾਂ ਘਰੇ ਬੈਠੇ ਨਾ ਲਓ, ਹੁਣ 24 ਘੰਟੇ ਤੁਸੀਂ ਠੀਕ ਆ ਡਿਊਟੀ ਦਿਓ। ਤੁਹਾਡੀ ਐਡੀ ਕੋਈ ਡਿਊਟੀ, ਕੋਈ ਐਡੀ ਸਖ਼ਤ ਡਿਊਟੀ ਨਹੀਂ ਹੈਗੀ, ਤੁਸੀਂ ਵਿਹਲੇ ਬੈਠੇ ਤਨਖਾਹਾਂ ਹੀ ਲੈਂਦੇ ਹੋ। ਚਲੋ ਮੈਂ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਵੀ ਕੰਮ ਵੀ ਕਰਦੇ ਹੋ, ਪਰ ਜਿਹੜੀ ਮੈਂ ਹੁਣ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਹਰ ਇੱਕ ਸੁੱਚ 'ਤੇ, ਜਿੰਨੀਆਂ ਵੀ ਸੁੱਚਾਂ ਹੁੰਦੀਆਂ ਨੇ ਟਰਾਂਸਫਾਰਮਰ 'ਤੇ, ਇਕੱਲੇ ਇਕੱਲੇ ਟਰਾਂਸਫਾਰਮਰ 'ਤੇ ਧਿਆਨ ਦੇ ਲਓ। ਕਣਕਾਂ ਦੇਖ ਲਓ, ਸਾਹਮਣੇ ਨਿਗਾਹ ਮਾਰ ਲਓ, ਕਣਕਾਂ ਸਾਹਮਣੇ ਨਿਗਾਹ ਮਾਰ ਲਓ। ਕਣਕਾਂ ਦਾ ਰੰਗ ਜਮਾਂ ਚਿੱਟਾ ਹੋਇਆ, ਸੁਨਹਿਰੀ ਹੈ, ਸੁਨਹਿਰੀ ਸੁਨਹਿਰੀ ਲਾ ਲਓ, ਚਿੱਟਾ ਲਾ ਲਓ। ਚਲੋ ਕਣਕਾਂ ਆਈਆਂ ਖੜੀਆਂ ਨੇ, ਇਹ ਸਾਰੀਆਂ ਕਣਕਾਂ ਅੱਜ ਤੋਂ 5-10 ਦਿਨਾਂ ਨੂੰ ਪੰਜਾਬ ਦੇ ਵਿੱਚ ਵਾਢੀ ਸਟਾਰਟ ਹੋ ਜਾਣੀ ਹੈ। ਜੇਕਰ ਕੋਈ ਦੁਰਘਟਨਾ ਇਸ ਵਾਰ ਹੁੰਦੀ ਹੈ ਤਾਂ ਇਹਦਾ ਸਾਰਾ ਦੋਸ਼ੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ, ਅਸੀਂ ਪਹਿਲਾਂ ਕਹਿ ਦਿੰਦੇ ਹਾਂ, ਖਾਸ ਕਰਕੇ ਬਿਜਲੀ ਮਹਿਕਮੇ ਨੂੰ ਅਲਰਟ ਕਰ ਦਿੰਦੇ ਹਾਂ। ਜੇਕਰ ਇਸ ਸਮੇਂ ਕਿਤੇ ਵੀ ਅੱਗ ਲੱਗਦੀ ਹੈ, ਬਿਜਲੀ ਦੇ ਨਾਲ ਅੱਗ ਲੱਗਦੀ ਹੈ, ਤਾਂ ਪ੍ਰਸ਼ਾਸਨ ਇਸਦਾ ਜ਼ਿੰਮੇਵਾਰ ਹੋਊਗਾ। ਠੀਕ ਆ, ਹੁਣ ਸਾਰੀਆਂ ਸੁੱਚਾਂ 'ਤੇ ਧਿਆਨ ਦੇ ਲਓ। ਖਾਸ ਕਰਕੇ ਅੱਜ ਸਾਡੇ ਪਿੰਡ ਦੇ ਵਿੱਚ ਮੈਂ ਘਰੇ ਬਿਜਲੀ ਵਾਲਿਆਂ ਨੂੰ ਬੁਲਾ ਕੇ ਕਿਹਾ, ਘਰੇ ਅੱਜ ਨਾਲੇ ਚਾਹ ਪਈ ਆ ਉਹਨਾਂ ਨੂੰ, ਨਾਲੇ ਬੁਲਾ ਕੇ ਉਹਨਾਂ ਨੂੰ ਮੈਂ ਸੂਚਿਤ ਕੀਤਾ ਹੈ। ਵਧੀਆ ਚੱਲੀ ਜਾਂਦਾ ਲਾਈਵ, ਪੂਰਾ ਵਧੀਆ ਯਾਰ ਬੰਦਾ। ਤੇ ਮੈਂ ਇਹੀ ਵਾਰ ਵਾਰ ਸੂਚਿਤ ਕਰਨਾ ਚਾਹੁੰਦਾ ਬਿਜਲੀ ਮਹਿਕਮੇ ਨੂੰ, ਜੇਕਰ ਸਾਡੇ ਇਸ ਵਾਰ ਦੁਰਘਟਨਾ ਘਟ ਗਈ, ਅੱਗ ਲੱਗ ਗਈ, ਤਾਂ ਜ਼ਿੰਮੇਵਾਰ ਤੁਸੀਂ ਹੋਵੋਗੇ। ਇਹ ਗੱਲ ਦਾ ਆਪਦਾ ਧਿਆਨ ਦੇ ਲਓ। ਕਿਸੇ ਵੀ ਤਰ੍ਹਾਂ ਦੀ ਅੱਗ ਲੱਗਦੀ ਆ ਪੰਜਾਬ ਦੇ ਵਿੱਚ, ਇਸ ਟਾਈਮ ਬਹੁਤ ਵਧੀਆ ਕਣਕਾਂ ਖੜੀਆਂ ਨੇਗੀਆਂ। ਇਸ ਵਾਰ ਪੰਜਾਬ ਦੇ ਵਿੱਚ ਨੰਬਰ 1 ਕਣਕਾਂ ਨੇਗੀਆਂ। ਜੇਕਰ ਪੰਜਾਬ ਦੇ ਵਿੱਚ ਹੁਣ ਬਿਜਲੀ ਮਹਿਕਮਾ ਹੁਣੇ ਅੱਜ ਤੋਂ ਹੀ ਆਪਦੇ ਕੰਨ ਚੇਤਾਵਨੀ ਦੇਣ ਲੱਗਦੇ ਆ ਵੀ ਕਣਕਾਂ ਦਾ ਰੰਗ ਬਦਲਣਾ, ਸਿੱਕ 'ਤੇ ਮਾੜਾ ਜਿਹਾ ਹੀ ਪਤੰਗਾ ਡਿੱਗਦਾ, ਹਜ਼ਾਰਾਂ ਏਕੜ ਕਣਕ ਪਿਛਲੀ ਵਾਰ ਮੱਚ ਕੇ ਤਬਾਹ ਹੋ ਗਈ। ਸਾਡੇ ਕਿਸਾਨਾਂ ਨੇ ਕਈ ਥਾਵਾਂ 'ਤੇ ਪਿਛਲੇ ਸਾਲ ਖੁਦਕੁਸ਼ੀਆਂ ਕਰੀਆਂ ਨੇਗੀਆਂ। ਸਾਡੇ ਕੋਲ ਕਰਜ਼ਾ ਲਾਉਣ ਦਾ, ਸਾਡੇ ਕੋਲ 6 ਮਹੀਨੇ ਦਾ ਹੀ ਸਭ ਤੋਂ ਵੱਡਾ ਚਾਰਾ ਹੁੰਦਾ। ਪਿਛਲੀ ਵਾਰ ਮੈਂ ਧੰਨਵਾਦ ਕਰਨਾ ਚਾਹੁੰਦਾ NRI ਵੀਰਾਂ ਦਾ, ਬਹੁਤ ਵੱਡਾ ਪੰਜਾਬ ਨੂੰ ਸਾਥ ਦਿੱਤਾ ਸੀਗਾ। ਖਾਸ ਕਰਕੇ ਬਹੁਤ ਹੀ ਵਿਚਾਰੇ ਲੋਕਾਂ ਨਾਲ, ਜਿਨ੍ਹਾਂ ਨੇ ਕਣਕਾਂ ਨਾਲ ਅੱਗ ਲੱਗੀ, ਉਹਨਾਂ ਸਾਥ ਦਿੱਤਾ ਸੀਗਾ। ਇਸ ਵਾਰ ਸਾਰੀ ਸਥਿਤੀ ਡਾਵਾਂਡੋਲ ਹੈ, ਕੋਰੋਨਾ ਵਾਇਰਸ ਕਰਕੇ ਸਭ ਤੋਂ ਵੱਡਾ ਇਹ ਆਪਣੀ ਬਿਮਾਰੀ ਚੱਲ ਰਹੀ ਆ, ਉਹਦੇ ਕਰਕੇ ਇਸ ਵਾਰ ਅਸੀਂ ਕਿਸੇ ਤੋਂ ਝਾਕ ਨਹੀਂ ਕਰ ਸਕਦੇ। ਇਸ ਵਾਰ ਪੰਜਾਬ ਦੇ ਕਿਸਾਨਾਂ ਦੀ ਕਣਕ ਨੂੰ ਜੇਕਰ ਅੱਗ ਲੱਗਦੀ ਹੈ ਤਾਂ ਇਹਦਾ ਜ਼ਿੰਮੇਵਾਰ ਬਿਜਲੀ ਮਹਿਕਮਾ ਹੋਊਗਾ। ਤਾਰਾਂ ਤੂਰਾਂ ਦਿਖਾ ਦੇ, ਤੇ ਇਸ ਵਾਰ ਜਿਵੇਂ ਵੀ ਤਾਰਾਂ ਦੇ ਥੱਲੇ ਕਣਕਾਂ ਨੇਗੀਆਂ, ਮੈਂ ਖਾਸ ਕਰਕੇ ਸਾਡੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਹੱਥ ਬੰਨ ਕੇ ਵੀ ਜਿੰਨੇ ਵੀ ਸੁੱਚਾਂ ਨੇਗੀਆਂ, ਸਾਡੀਆਂ ਥੱਲੇ ਸੁੱਚਾਂ ਲੱਗੀਆਂ ਹੋਈਆਂ, ਟਰਾਂਸਫਾਰਮ ਲੱਗੇ ਨੇ, ਉਹਨਾਂ ਦੇ ਲਵੇ ਲਾਉਣੇ, ਸਾਰੇ ਥਾਵਾਂ ਤੇ ਕਣਕ ਵੱਢ ਦਿਓ। ਜ਼ਿਆਦਾਤਰ ਜਿਹੜੀ ਕਣਕ ਨੂੰ ਅੱਗ ਲੱਗਦੀ ਹੈ, ਪਿਛਲੇ ਸਾਲ ਅੱਗ ਕਿੱਥੋਂ ਲੱਗੀ ਸੀਗੀ, ਸੁੱਚ ਨੂੰ ਸਪਾਰਕ ਹੋ ਕੇ ਬਿਜਲੀ ਤੋਂ ਅੱਗ ਲੱਗਦੀ ਹੈ। ਥੱਲੋਂ ਕਣਕਾਂ ਆਪਦੀਆਂ 5-5, 10-10 ਕਿੰਨੇ 20-20 ਫੁੱਟ ਕਣਕਾਂ ਵੱਢ ਦਿਓ, ਠੀਕ ਹੈ, 20-20 ਫੁੱਟ ਕਣਕਾਂ ਵੱਢ ਦਿਓ। ਕਿਸਾਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਸ ਵਾਰ ਦੁਰਘਟਨਾ ਨਾ ਹੋਵੇ। ਇਸ ਕਣਕ ਦੇ ਨਾਲ ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ, ਆਪਾਂ ਸਾਰੇ ਮੁਲਕ ਦਾ ਢਿੱਡ ਭਰਨਾ, ਬਾਹਰਲੇ ਮੁਲਕਾਂ ਦਾ ਢਿੱਡ ਭਰਨਾ, ਠੀਕ ਆ, ਪੰਜਾਬ ਦਾ ਢਿੱਡ ਭਰਨਾ ਹੀ ਭਰਨਾ, ਸਾਰੇ ਵਰਗ ਦਾ ਢਿੱਡ ਕਿਸਾਨ ਨੇ ਭਰਨਾ ਇਸ ਕਣਕ ਦੇ ਨਾਲ। ਜੇਕਰ ਅਜਿਹੀ ਕਿਤੇ ਦੁਰਘਟਨਾ ਹੁੰਦੀ ਹੈ, ਆਪਣੇ ਕੋਲ ਕੋਈ ਚਾਰਾ ਨਹੀਂ ਹੈਗਾ ਵੀ ਠੀਕ ਹੈ, ਸਾਡੀਆਂ ਕਣਕਾਂ ਨਾਲ ਬਿਜਲੀ ਮਹਿਕਮੇ ਨੂੰ ਮੈਂ ਜਿੰਨੇ ਵੀ
ਠੀਕ ਹੈ ਯੂਟਿਊਬਰ ਜਾਂ ਜਿੰਨੇ ਵੀ ਖਾਸ ਕਰਕੇ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾ, ਵਿੱਚ ਤਾਂ ਪੱਤਰਕਾਰ ਲੰਡੂ ਨੇ ਗੇ, ਉਈ ਚੱਕ ਚੱਕ ਇੱਕ ਚੀਜ਼ 'ਤੇ ਖਬਰਾਂ ਲਾਈ ਜਾਂਦੇ ਨੇ, ਜਿਹੜਾ ਮੁੱਦਾ ਹੁੰਦਾ ਉੱਤੇ ਗੱਲ ਕਰਦੇ ਨਹੀਂ। ਜਿੰਨੇ ਵੀ ਯੂਟਿਊਬਰ ਦੇਖਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਪ੍ਰਸ਼ਾਸਨ ਤੱਕ ਮੇਰੀ ਆਵਾਜ਼ ਜ਼ਰੂਰ ਪਹੁੰਚਾਈ ਜਾਵੇ ਵੀ ਇਹ ਪ੍ਰਸ਼ਾਸਨ ਖਾਸ ਕਰਕੇ ਸੀਐਮ ਦਾ ਹੁਣ ਹੱਕ ਬਣਦਾ ਬਿਜਲੀ ਮਹਿਕਮੇ ਨੂੰ ਬਿਆਨ ਦੇਣ ਦਾ, ਵੀ ਸੀਐਮ ਦਾ ਇਹ ਹੱਕ ਬਣਦਾ ਹੁੰਦਾ ਹਰ ਇੱਕ ਚੀਜ਼ ਦਾ। ਸੀਐਮ ਨੂੰ ਪਤਾ ਹੀ ਨਹੀਂ ਪੰਜਾਬ ਦੇ ਕੀ ਸਥਿਤੀਆਂ ਨੇਗੀਆਂ। ਇੱਕ ਕਿਸਾਨ ਦਾ ਪੁੱਤ ਸੀਐਮ ਹੋਵੇ, ਉਹਨਾਂ ਦਾ ਕਿਸਾਨ ਦੇ ਦੁੱਖ ਦਾ ਪਤਾ ਹੋਵੇ, ਸੀਐਮ ਨੂੰ ਕੀ ਪਤਾ ਵੀ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਕਿੰਨੇ ਦਿਨਾਂ ਤੱਕ ਸਟਾਰਟ ਹੋਣੀ ਆ। ਜਿੰਨੀਆਂ ਵੀ ਸਾਂਕਾਂ ਸਾਡੀਆਂ ਬਾਹਰੋਂ ਕੰਬਾਈਨਾਂ ਮਸ਼ੀਨਾਂ ਫਸੀਆਂ ਨੇ, ਕੁਛ ਤਾਂ ਪਹੁੰਚ ਗਈਆਂ, ਕੁਛ ਜਿਹੜੀਆਂ ਵੀ ਸਾਡੀਆਂ ਮਸ਼ੀਨਾਂ ਨੇ ਸਾਰੀਆਂ ਬਾਹਰ ਜਿਹੜੀਆਂ ਯੂਪੀ ਬਿਹਾਰ ਦੇ ਵਿੱਚ MP ਦੇ ਵਿੱਚ ਫਸੀਆਂ ਹੋਈਆਂ ਨੇ, ਉਹ ਮਸ਼ੀਨਾਂ ਸਾਡੀਆਂ ਵਾਪਸ ਮੰਗਾਈਆਂ ਜਾਣ। ਸਾਡੀ 5-4 ਦਿਨਾਂ ਤੱਕ ਵਾਢੀ ਸਟਾਰਟ ਹੈ। ਬਿਜਲੀ ਮਹਿਕਮੇ ਨੂੰ ਵਾਰ ਵਾਰ ਅਸੀਂ ਬੇਨਤੀ ਕਰਦੇ ਹਾਂ ਵੀ ਜੇਕਰ ਸਾਡੀ ਕਿਤੇ ਅੱਗ ਲੱਗ ਗਈ ਤਾਂ ਉੱਥੋਂ ਦਾ JEE, ਉੱਥੋਂ ਦਾ SDO ਸਸਪੈਂਡ, ਥੱਲੇ ਵਾਲੇ ਦਾ ਸਸਪੈਂਡ ਹੋਣੇ ਹੋਣੇ ਆ। ਲੈਂਡਮੈਨ ਦੀ ਜ਼ਿੰਮੇਵਾਰੀ, ਮੇਨ ਤਾਂ ਲੈਂਡਮੈਨ ਦੀ, ਸਾਰੇ ਵੱਡੇ ਅਫਸਰ ਸਸਪੈਂਡ ਹੋਊਗਾ, ਵੱਡੇ ਛੋਟੇ ਨੂੰ ਹਰ ਇੱਕ ਚੱਕ ਕੇ ਸਸਪੈਂਡ ਕਰਨਾ, ਵੱਡਾ ਅਫਸਰ ਐਕਸ਼ਨ ਦੀ ਵੀ ਜ਼ਿੰਮੇਵਾਰੀ ਹੈ। ਜੇਕਰ ਕਿਤੇ ਕਣਕ ਨੂੰ ਅੱਗ ਲੱਗਦੀ ਆ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਹੁਣ ਸਾਰੀਆਂ ਥਾਵਾਂ 'ਤੇ ਜਿੱਥੇ ਤਾਰਾਂ ਦੀ ਕੋਈ ਦੇਖ ਰੇਖਾ ਕਰਨ ਵਾਲੀ, ਜੇ ਕੋਈ ਤਾਰ ਬਦਲਣ ਵਾਲੀ ਆ, ਜਿੱਥੇ ਕੋਈ ਸੁੱਚ ਸਪਾਰਕ ਕਰਦੀ ਆ, ਉਹਦੀ ਆਪ ਚੈੱਕ ਕਰੀ ਜਾਵੇ। ਸਾਡੀ ਕਣਕ ਨੂੰ ਅੱਜ ਕਣਕ ਦਾ ਮਾੜਾ ਨਿਗਾਹ ਮਰਵਾ ਦੇ, ਕਣਕਾਂ ਨਾਲ ਸਾਰੀਆਂ ਇੱਥੋਂ ਥੋੜ੍ਹੀ ਹਰੀ ਹੈ, ਉੱਧਰ ਸਾਰੀਆਂ ਕਣਕਾਂ ਆ ਚੁੱਕੀਆਂ ਨੇਗੀਆਂ। ਬਾਰ ਬਾਰ ਬੇਨਤੀ ਕਰੀ ਜਾਂਦੀ ਆ ਵੀ ਜੇਕਰ ਸਾਡੇ ਕਿਤੇ ਅੱਗ ਲੱਗ ਗਈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਪ ਹੋਊਗਾ। ਅਸੀਂ ਚੇਤਾਵਨੀ ਬਾਰ ਬਾਰ ਦੇ ਰਹੇ ਹਾਂ ਵੀ ਕਿਤੇ ਵੀ ਕੋਈ ਸਾਡੇ ਦੁਰਘਟਨਾ ਨਾ ਵਾਪਰੇ। ਪਿਛਲੇ ਸਾਲ ਸਾਡੇ NRE ਵੀਰਾਂ ਨੇ, ਹੋਰ ਬਹੁਤ ਸਾਰੇ ਵੀਰਾਂ ਨੇ ਸਾਥ ਦਿੱਤਾ ਜਿੱਥੇ ਜਿੱਥੇ ਥਾਵਾਂ 'ਤੇ ਅੱਗ ਲੱਗੀ ਸੀਗੀ। ਹਜ਼ਾਰਾਂ ਏਕੜ ਪਿਛਲੀ ਵਾਰ ਕਣਕ ਮੱਚ ਕੇ ਸਵਾਹ ਹੋ ਗਈ ਸੀਗੀ, ਕਿਤੇ ਕੋਈ ਫੂਸ ਨਹੀਂ ਸੀ ਆਉਂਦਾ ਬਾਅਦ 'ਚ, ਠੀਕ ਹੈ ਫੂਸ ਵੀ ਉੱਡ ਜਾਂਦਾ ਹਵਾ ਨਾਲ ਕਣਕ ਦਾ, ਤਾਂ ਇੰਨੀ ਜ਼ਿਆਦਾ ਕਿਉਂਕਿ ਕਣਕ ਦੀ ਉਹ ਹੁੰਦੀ ਆ, ਜ਼ਰੂਰਤ ਹੁੰਦੀ ਆ ਕਣਕ ਦੇ ਨਾਲ, ਸਾਰਾ ਮੁਲਕ ਦੀ ਜਿਹੜੀ ਪੰਜਾਬ ਦੀ ਕਣਕ ਆ ਸਾਰੇ ਮੁਲਕ ਦਾ ਢਿੱਡ ਭਰਦੀ ਹੈ। ਵੀ ਵਾਰ ਵਾਰ ਬਸ ਇਹੀ ਬੇਨਤੀ ਕਰਦਾ ਵੀ ਇਸ ਗੱਲ ਵੱਲ, ਸਾਡੀ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਜੇਕਰ ਕਿਤੇ ਵੀ ਕੋਈ ਦੁਰਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊ ਸਿੱਧਾ ਸਿੱਧਾ, ਠੀਕ ਹੈ। ਖਾਸ ਕਰਕੇ ਮੈਂ ਜਿੰਨੇ ਵੀ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਨਾ ਵੀ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਵੀ ਕਹੋ, ਆਪਣੇ ਬਿਜਲੀ ਮਹਿਕਮੇ ਵਾਲਿਆਂ ਨੂੰ ਕਹੋ, ਪਿਛਲੇ ਥਾਵਾਂ 'ਤੇ ਕਈ ਥਾਵਾਂ 'ਤੇ ਅੱਗ ਬਿਜਲੀ ਨੂੰ ਸਪਾਰਕ ਕਰਕੇ ਲੱਗੀ ਸੀ। ਦੂਜੀ ਦੁਬਾਰੇ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਕਿਸਾਨਾਂ ਨੂੰ, ਥੱਲੋਂ ਨਾ ਆਪਣੇ ਸੁੱਚਾਂ ਦੇ ਥੱਲੋਂ ਕਣਕ ਵੱਢ ਦਿੱਤੀ ਜਾਵੇ, 20-20 ਫੁੱਟ ਕਣਕ ਵੱਢ ਦਿਓ, ਖੰਭਿਆਂ ਦੇ ਥੱਲੋਂ ਕਣਕ ਵੱਢ ਦਿਓ, ਟਰਾਂਸਫਾਰਮਰ ਥੱਲੋਂ ਕਣਕ ਵੱਢ ਦਿਓ, ਕੁਛ ਕਹਿਣਾ ਚਾਹੁੰਦਾ? ਜਿਹਨੂੰ ਨਹੀਂ ਜ਼ਰੂਰਤ ਉਹ ਆਪਣੀ ਸੁੱਚ ਕੱਟ ਦਿਓ। ਹਾਂ, ਜਿਹਨੂੰ ਨਹੀਂ ਜ਼ਰੂਰਤ, ਜਿਹਨੂੰ ਬਿਜਲੀ ਦੀ ਨਹੀਂ ਜ਼ਰੂਰਤ ਉਹਦੇ ਸੁੱਚ ਕੱਟ ਕੇ ਰੱਖ ਦਿਓ। ਕਈ ਵਾਰੀ ਥੱਲੋਂ ਟਰਾਂਸਫਾਰਮਰ ਨੂੰ ਥੱਲੋਂ ਸੁੱਚ ਤੋਂ ਥੱਲੋਂ ਟਰਾਂਸਫਾਰਮਰ ਜਿਹੜੇ ਜੰਪਰ ਲੱਗੇ ਹੁੰਦੇ ਨੇਗੇ, ਫੇਸ ਲੱਗੇ ਹੁੰਦੇ ਨੇ, ਉਹ ਵੀ ਸਪਾਰਕ ਕਰ ਜਾਂਦੇ ਨੇਗੇ। ਜਿਹੜੀਆਂ ਮੇਨ ਸੁੱਚਾਂ ਨੇ ਉਹਨਾਂ ਨੂੰ ਵੀ ਉਹ ਜੈਂਪਰਾਂ ਤੋਂ ਵੀ ਡਾਇਰੈਕਟ ਵੀ ਹੋ ਜਾਂਦੀਆਂ ਨੇ, ਜੇ ਕਈ ਵਾਰ ਸੁੱਚ ਹਟਦੀ ਨਹੀਂ ਸਪਾਰਕ ਕਰਨ ਨੂੰ ਤਾਂ ਉਹ ਡਾਇਰੈਕਟ ਹੋ ਜਾਂਦੇ ਸਿੱਧੀ। ਇੱਕ ਦੂਜੀ ਗੱਲ ਹੋਰ ਆ, ਹੁਣ ਇੱਕ ਗੱਲ ਮੈਂ ਇੱਕ ਇੰਪੋਰਟੈਂਟ ਹੋਰ ਗੱਲ ਕਰਨਾ ਚਾਹੁੰਦਾ, ਬਿਜਲੀ ਮਹਿਕਮਾ ਹੀ ਕਰੂਗਾ, ਲਾਈਟ ਹੀ ਕੱਟ ਦੇ ਵੀ ਜਮੀ ਕੱਟ ਕੇ ਤਾਂ ਲਾਈਟ ਧਰ ਤੋਂ ਬੰਦ ਕਰਕੇ ਧਰ ਦਿਓ। ਬਹੁਤ ਥਾਵਾਂ 'ਤੇ ਸਾਡੇ ਖੇਤਾਂ ਦੇ ਵਿੱਚ ਘਰ ਨੇ, ਬਹੁਤ ਥਾਵਾਂ 'ਤੇ ਹਜੇ ਕਣਕਾਂ ਨੂੰ ਪਾਣੀ ਲੱਗੇ ਜਾਂਦੇ ਨੇ, ਉਹ ਵੀ ਚੀਜ਼ ਨੂੰ ਮੰਦੇ ਨਜ਼ਰ ਰੱਖਣਾ ਪਊ ਤੁਹਾਨੂੰ। ਇਹ ਨਹੀਂ ਹੈਗਾ ਵੀ ਤੁਸੀਂ ਬਿਜਲੀ ਕੱਟ ਕੇ ਆਪਦਾ ਜ਼ਿੰਮੇਵਾਰੀ ਖਤਮ ਕਰ ਦਿਓ, ਵੀ ਸੱਚ ਤਾਂ ਗਰੱਡ ਜੋ ਬਿਜਲੀ ਕੱਟਤੀ ਸਾਡੀ ਜ਼ਿੰਮੇਵਾਰੀ ਖਤਮ ਹੈ ਜੀ, ਚਲੋ ਜੀ ਵੀ ਬਿਜਲੀ ਆਉਣੀ ਨਹੀਂ, ਅੱਗ ਕਿੱਥੇ ਲੱਗੂਗੀ। ਇਹ ਵੀ ਬਹੁਤ ਵੱਡੀ ਗੱਲ ਹੈ, ਠੀਕ ਹੈ, ਵੀ ਖੇਤਾਂ ਦੇ ਵਿੱਚ ਜੇਕਰ ਤੁਸੀਂ ਬਿਜਲੀ ਕੱਟ ਦਿੱਤੀ ਗਈ ਕਿਉਂਕਿ ਪਿੰਡਾਂ ਨੂੰ ਬਿਜਲੀ ਆਉਂਦੀ ਹੈ, ਬਿਜਲੀ ਦਾ ਇਹ ਗੱਲ ਧਿਆਨ ਰੱਖਣਾ ਤੁਹਾਡੀ ਜ਼ਰੂਰੀ ਜ਼ਿੰਮੇਵਾਰੀ ਆ। ਬਿਜਲੀ ਮਹਿਕਮੇ ਵਾਲੇ ਗੱਲ 'ਚੋਂ ਰੱਸਾ ਲਾ ਦਿੰਦੇ ਵੀ ਆਪਾਂ ਗਰੱਡ ਤੋਂ ਲਾਈਟ ਕੱਟ ਦਿਓ ਜੀ, ਲੋੜ ਹੀ ਨਹੀਂ ਕਿ ਨਾ ਪਿੰਡਾਂ ਦੀ ਗੇੜਾ ਮਾਰਨ ਦੀ ਲੋੜ ਆ, ਨਾ ਲੈਣਾ 'ਤੇ ਗੇੜਾ ਮਾਰਨ ਦੀ ਲੋੜ ਆ, ਨਾ ਸੁੱਚਾਂ ਦੇ ਲੋੜ ਮਾਰਨ ਦੀ ਲੋੜ ਆ, ਨਾ ਗਰੱਡਾਂ ਦੇ ਲਾ। ਕਿਸਾਨ ਵੀਰਾਂ ਨੂੰ ਬੇਨਤੀ ਕਰ ਦਿਓ ਵੀ ਉਹ ਵੀ ਧਿਆਨ ਰੱਖਣਾ, ਕਿਸਾਨ ਵੀਰ ਦਾ ਧਿਆਨ ਰੱਖਣਗੇ ਰੱਖਣਗੇ, ਹੋਰ ਚੀਜ਼ ਵੀ ਅੱਗ ਉੱਗ ਦਾ ਵੀ ਆਪ। ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨਾ ਵੀ ਵੱਧ ਤੋਂ ਵੱਧ ਤੁਸੀਂ ਖੇਤਾਂ ਦੇ ਵਿੱਚ ਰਹੋ, ਜਿਵੇਂ ਹੁਣ ਆਪਦੇ ਖੇਤ ਦੇ ਵਿੱਚ ਬੈਠ ਕੇ ਜਾਣਾ, ਬੈਠਣਾ ਜ਼ਰੂਰੀ, ਲਾਈਟ ਚੱਲਦੀ ਹੈ, ਜਦੋਂ ਲਾਈਟ ਚੱਲਦੀ ਹੈ ਖੇਲਾਂ ਭਰ ਲਓ ਪਾਣੀ ਦੀ। ਹਾਂ, ਖੇਲਾਂ ਭਰ ਲਓ, ਜ਼ਰੂਰੀ ਨੇ। ਹਾਂ, ਜਿਨ੍ਹਾਂ ਕੋਲ ਢੋਲ
ਨੇ ਸਪਰੇਅ ਵਾਲੇ, ਉਹ ਢੋਲ ਭਰ ਕੇ ਇੱਕ ਟਰੈਕਟਰ ਜਿਹੜਾ ਤੈਨੂੰ ਐਂ ਲੱਗਦਾ ਵੀ ਆਹ ਮੰਨ ਲਾ ਹਲਕਾ ਜਿਹਾ ਟਰੈਕਟਰ ਆ ਜਿਹੜੇ ਜਾ ਸਕਦੇ, ਪਿੱਛੇ ਪਾ ਕੇ ਰੱਖੋ, ਪਿੱਛੇ ਪਾ ਕੇ ਰੱਖੋ, ਪੰਜ ਚਾਰ ਢੋਲ ਪਿੰਡ ਦੇ ਵਿੱਚ ਹਰ ਇੱਕ ਖੇਲਾ ਜ਼ਰੂਰ ਭਰੀਆਂ ਹੋਣੀਆਂ ਚਾਹੀਦੀਆਂ ਨੇ, ਖੇਲਾ ਸਾਰਿਆਂ ਦਾ ਜਿੰਨੇ ਵੀ ਮੋਟਰਾਂ ਨੇ ਚੱਲਦੀਆਂ ਨੇ ਸਾਰਿਆਂ ਦਾ ਖੇਲਾ ਇੱਕੋ ਇੱਕ ਦੀ ਭਰੀ ਹੋਣੀ ਚਾਹੀਦੀ ਆ, ਠੀਕ ਹੈ, ਸਪਰੇਅ ਵਾਲੇ ਢੋਲ ਵੀ ਜ਼ਰੂਰੀ ਨੇ, ਸਪਰੇਅ ਵਾਲੇ ਢੋਲ ਵੀ ਜ਼ਰੂਰੀ ਨੇਗੇ। ਦੂਜੀ ਸਭ ਤੋਂ ਜਿਹੜੀ ਇੰਪੋਰਟੈਂਟ ਮੈਂ ਗੱਲ ਕਰਨਾ ਵੀ ਕਿਸਾਨਾਂ ਵੀਰਾਂ ਨੂੰ ਵੀ ਬੇਨਤੀ ਆ ਵੀ ਆਪਦਾ ਆਪ ਧਿਆਨ ਰੱਖੋ, ਕਈ ਵਾਰੀ ਇਹਨਾਂ ਦੇ ਆਧਾਰ ਤੇ ਰਹਿ ਜਾਈਏ, ਇਸ ਵਾਰ ਆਪਾਂ ਨੂੰ ਕੁਛ ਨਹੀਂ ਮਿਲਣਾ, ਇਸ ਵਾਰ ਆਪਣੇ ਬਾਹਰਲੇ ਵੀਰ ਵੀ ਆਪਣੇ ਉਹ ਵੀ, ਕਿਉਂਕਿ ਹੁਣ ਸਾਰੇ ਥਾਵਾਂ ਤੇ ਵਕਤ ਪਿਆ ਹੈ, ਇਸ ਵਾਰ ਆਪਾਂ ਬਾਹਰਲੇ ਵੀਰਾਂ ਨੇ ਵੀ ਤੁਹਾਡੀ ਮਦਦ ਨਹੀਂ ਕਰਨੀ, ਕਿਉਂਕਿ ਬਾਹਰਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਪਿਛਲੇ ਸਾਲ ਲੱਖਾਂ ਕਰੋੜਾਂ ਰੁਪਇਆ ਸਾਡੇ ਉਹਨਾਂ ਦਾ, ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਜਿਹਨਾਂ ਨੇ ਲੱਖਾਂ ਕਰੋੜਾਂ ਰੁਪਇਆ ਸਾਡੇ ਲਈ ਦਿੱਤਾ। ਕਿਸਾਨ ਵੀਰ ਵੀ ਅੱਜ ਧਿਆਨ ਰੱਖਣ ਜਿਹੜੇ ਆਹ ਖੇਤ ਚਾਹਾਂ ਕਰਦੇ ਨੇ, ਜਿਵੇਂ ਪੱਕੇ ਖਾਲ ਨੇ, ਜਿਹਦਾ ਮੱਥਾ ਪੱਕੇ ਖਾਲ ਤੇ ਲੱਗਦਾ, ਪੱਕੇ ਖਾਲ ਦੇ ਵਿੱਚ ਪਾਣੀ ਹੋਣਾ ਚਾਹੀਦਾ, ਜਿਹੜੇ ਕੱਚੇ ਖਾਲ ਨੇ ਖਾਲ 'ਚ ਪਾਣੀ ਛੱਡ ਦਿਓ, ਕਣਕ 'ਚ ਨਾ ਵੜੇ, ਖਾਲ ਗਿੱਲੇ ਹੋਣ, ਬਹੁਤ ਫਰਕ ਰਹਿੰਦਾ ਜੀ। ਖਾਲ ਮੰਨ ਲਾ ਜਿਹਨਾਂ ਦੀਆਂ ਖੇਲ 'ਚ ਪਾਣੀ ਨਹੀਂ ਹੁੰਦਾ, ਇੱਥੇ ਜਾਨਵਰ ਕਿੰਨੇ ਤਿਹਾਏ ਮਰਦੇ ਨੇ, ਹਾਂ ਠੀਕ ਹੈ ਨਾ, ਨਾਲੇ ਤਾਂ ਜਾਨਵਰ ਸੇਫ ਹੋ ਜਾਣਗੇ, ਪਿਛਲੀ ਵਾਰ ਕੀ ਹੋਇਆ ਸੀਗਾ, ਪਿਛਲੀ ਵਾਰ ਜਿਵੇਂ ਕੋਈ ਸਾਡਾ ਕਿਸਾਨ ਅੱਗ ਬਝਾਉ, ਉਹਨਾਂ ਨੂੰ ਫੋਨ ਕਰਤਾ ਤਾਂ ਅੱਗ ਜਦੋਂ ਮੱਚ ਮੁੱਚ ਕੇ ਬੁੱਝ ਜਾਂਦੀ, ਉਦੋਂ ਫਾਇਰ ਬਿਗ੍ਰੇਡ ਪਹੁੰਚਦੀ, ਫਾਇਰ ਬਿਗ੍ਰੇਡ ਹੀ ਹੁੰਦੇ ਨਾ, ਫਾਇਰ ਬਿਗ੍ਰੇਡ ਪੂਰਾ ਠੀਕ ਆ ਉਹਦਾ, ਪੂਰਾ ਉਹਨਾਂ ਤੇਲ ਪਾਣੀ ਸਾਰਾ ਕੁਛ ਪਾ ਕੇ ਰੱਖੋ, ਫਾਇਰ ਬਿਗ੍ਰੇਡ ਚ ਪਾਣੀ ਵੀ ਫੁੱਲ ਕਰਕੇ, ਪਾਣੀ ਫੁੱਲ ਕਰਕੇ ਰੱਖੋ, ਕਿਤੇ ਅਜਿਹੀ ਪਰਮਾਤਮਾ, ਅਸਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਕਿ ਅਜਿਹੀ ਕਿਤੇ ਦੁਰਘਟਨਾ ਨਾ ਵਾਪਰੇ, ਵੀ ਹੁਣ ਕਣਕਾਂ ਆ ਗਈਆਂ, ਪਹਿਲੀ ਗੱਲ ਤਾਂ ਤੁਸੀਂ ਜਿਹੜੀ ਫਾਇਰ ਬਿਗ੍ਰੇਡ ਆ ਇਹ ਗੱਲ ਜੀ ਤੁਹਾਡੀ, ਇੱਕ ਮਿੰਟ ਮੈਂ ਇਹ ਨਾ ਜਿਵੇਂ ਉਸ ਪਿੰਡਾਂ ਦੇ ਵਿੱਚ ਖੜਾਈ ਜਾਵੇ, ਜਿਵੇਂ ਕਿ ਸਟੇਸ਼ਨ ਦਾ ਬਣਦਾ ਨਾ, ਵੀ ਜ਼ਰੂਰੀ ਨਹੀਂ ਹੈਗਾ ਵੀ ਜਿਵੇਂ ਦਸ ਕਿਲੋਮੀਟਰ ਤੇ ਫਾਇਰ ਬਿਗ੍ਰੇਡ ਖੜਾਈ ਜਾਵੇ, ਫਾਇਰ ਬਿਗ੍ਰੇਡ ਨੂੰ ਬੇਨਤੀ ਕਰਦਾ ਵੀ ਦਸ ਦਸ ਕਿਲੋਮੀਟਰ ਤੇ ਫਾਇਰ ਬਿਗ੍ਰੇਡ ਖੜਾਈ ਜਾਵੇ, ਕਿਉਂਕਿ ਪਰਮਾਤਮਾ ਅਸੀਂ ਇਸਦੀ ਅਰਦਾਸ ਕਰਦਾ ਵੀ ਅਜਿਹੀ ਕਿਸੇ ਪਿਛਲੇ ਸਾਲ ਵਰਗੀ ਦੁਰਘਟਨਾ ਨਾ ਵਾਪਰੇ। ਪਿਛਲੇ ਸਾਲ ਹਜ਼ਾਰਾਂ ਏਕੜ ਕਣਕ ਸੜ ਕੇ ਤਬਾਹ ਹੋਈ ਆ, ਠੀਕ ਹੈ ਜੀ। ਦੂਜੀ ਗੱਲ, ਫੋਨ ਸੁਣੋ, ਪਤਾ ਨੀ ਕਹਿੰਦਾ ਫੋਨ ਆਈ, ਤੇ ਬਾਰ ਬਾਰ ਬੇਨਤੀ ਸਾਡੀ ਇਹੀ ਕਰੀ ਜਾਂਦੀ ਆ ਵੀ ਫਾਇਰ ਬਿਗ੍ਰੇਡ ਨੂੰ 10 ਕਿਲੋਮੀਟਰ ਤੇ ਫਾਇਰ ਬਿਗ੍ਰੇਡ ਖੜਾਈ ਜਾਵੇ, ਕਿਤੇ ਵੀ ਇਹ ਦੁਰਘਟਨਾ ਨਾ ਵਾਪਰੇ, ਕਣਕਾਂ ਨੂੰ ਅੱਗ ਲੱਗਣ ਤੋਂ ਬਚਾਇਆ ਜਾਵੇ। ਹੱਥ ਬੰਨ ਕੇ ਸਾਡੀ ਬੇਨਤੀ ਇਹੀ ਆ ਵੀ ਪ੍ਰਸ਼ਾਸਨ ਨੂੰ, ਬਿਜਲੀ ਮਹਿਕਮੇ ਨੂੰ, ਇਹ ਨਾ ਹੋਵੇ ਤੁਸੀਂ ਬਿਜਲੀ ਕੱਟ ਕੇ ਰੱਖਤੀ, ਠੀਕ ਆ ਜੀ, ਵੀ ਕਿਤੇ ਜ਼ਮੀਨ ਆਵੇ ਪਿੰਡਾਂ ਦੇ ਵਿੱਚ ਬੱਤੀ ਗੁੱਲੀ ਕਰ ਦਿਓ, ਕਿਉਂਕਿ ਸਾਡੇ ਜ਼ਿਆਦਾਤਰ ਜਿਹੜਾ ਸਾਡਾ ਸਰਕਾਰੀ ਸਿਸਟਮ ਆ ਬੱਤੀ ਗੁੱਲ ਕਰਕੇ ਰੱਖ ਦਿਓ, ਵੀ ਕੋਈ ਚੱਕਰ ਹੀ ਨਹੀਂ ਹੈਗਾ। ਇੱਕ ਬੇਨਤੀ ਹੋਰ, ਹਾਂਜੀ ਹਾਂਜੀ, ਜਿਹੜਾ ਆਪਣੇ ਬਰਨਾਲੇ ਦਫ਼ਤਰ ਆ ਫਾਇਰ ਬ੍ਰਿਗੇਡ ਦਾ, ਹਾਂਜੀ, ਉਹ ਬਾਹਲਾ ਅੰਦਰ ਹੈ, ਹਾਂ, ਉਹ ਬੇਨਤੀ, ਹਾਂ, ਉੱਥੋਂ ਇੱਕ ਘੰਟਾ ਗੱਡੀ ਨਿਕਲਦੀ ਨੂੰ ਲੱਗ ਜਾਂਦਾ, ਸ਼ਹਿਰ ਦੇ ਵਿੱਚੋਂ ਇੱਕ ਘੰਟਾ ਫਾਇਰ ਬਿਗ੍ਰੇਡ ਲੰਘਦੀ ਨੂੰ ਲੱਗ ਜਾਂਦਾ, ਇੱਕ ਘੰਟਾ ਨਿਕਲਦੀ ਨੂੰ ਲੱਗ ਜਾਂਦਾ। ਫਾਇਰ ਬਿਗ੍ਰੇਡ ਹਮੇਸ਼ਾ ਜਿਵੇਂ ਬਾਹਰਲੇ ਕੰਟਰੀਆਂ 'ਚ ਰੋਡ ਤੇ ਹੁੰਦੀ ਆ, ਇੱਦਾਂ ਫਾਇਰ ਬਿਗ੍ਰੇਡ ਰੋਡ ਤੇ ਹੋਣੀ ਚਾਹੀਦੀ ਹੈ। ਇੱਕ ਮਿੰਟ ਜੀ, ਫਾਇਰ ਬਿਗ੍ਰੇਡ ਉਹਨਾਂ ਦੀਆਂ, ਮੰਨ ਲਾ ਆਈ ਟੀ ਚੌਂਕ ਦੇ ਨੇੜੇ ਖੜੀ ਹੋਵੇ, ਇੱਕ ਮਹਿਲ ਕਰਾਲੇ ਪਾਸੇ ਖੜੀ ਹੋਵੇ, ਉਹਨਾਂ ਦੀ ਡਿਊਟੀ ਹੈ ਉਹ 24 ਘੰਟੇ ਹੋਣੀ, 24 ਘੰਟੇ ਤਾਂ ਉਹਨਾਂ ਦੀ ਡਿਊਟੀ ਤਾਂ ਨਹੀਂ, 24 ਘੰਟੇ ਹੁੰਦੀ ਆ, ਪੁਲਿਸ ਵਾਲਿਆਂ ਦੀ ਕਰਦੇ ਨੇ ਜੀ 24 ਘੰਟੇ, ਕਿੱਥੇ ਹੁੰਦੀ ਆ ਬਾਈ, 24 ਘੰਟੇ 24 ਘੰਟੇ ਹਾਜ਼ਰ ਰਹਿਣਾ ਚਾਹੀਦਾ ਉਹਨਾਂ ਦੇ। ਗੱਲ ਤਾਂ ਇਹ ਆ ਵੀ ਪ੍ਰਸ਼ਾਸਨ ਦੇ ਸਾਰੇ ਆ ਵੀ 10 ਕਿਲੋਮੀਟਰ ਤੇ ਫਾਇਰ ਬਿਗ੍ਰੇਡ ਖੜਾਓ, ਖੜਾ ਕੇ ਕਿਤੇ ਵੀ ਕੋਈ ਅਜਿਹੀ ਦੁਰਘਟਨਾ ਪਰਮਾਤਮਾ ਅੱਗੇ ਪਹਿਲੇ ਤਾਂ ਅਰਦਾਸ ਕਰਦਾ ਵੀ ਨਾ ਹੀ ਵਾਪਰੇ। ਆਪਾਂ ਨੂੰ ਪਹਿਲਾਂ ਆਪਣੇ ਠੀਕ ਆ ਪਾਵਰ ਹੋਣਾ ਜ਼ਰੂਰੀ ਹੈ ਵੀ ਆਪਾਂ ਕਿਤੇ ਵੀ ਕੋਈ ਅਜਿਹੀ ਦੁਰਘਟਨਾ ਕਣਕ ਨੂੰ ਵਾਪਰਦੀ ਆ ਤਾਂ 10 ਮਿੰਟਾਂ ਦੇ ਵਿੱਚ ਫਾਇਰ ਬਿਗ੍ਰੇਡ ਪਹੁੰਚ ਜੇ। ਪਿਛਲੇ ਸਾਲ ਸਾਡੀ 1000 ਏਕੜ ਕਣਕ ਸਵਾਹ ਉੱਡ ਗਈ, ਬਸ ਲਾਈਵ ਕੱਟਣ ਲੱਗਦੇ ਹਾਂ ਕਿਸਾਨਾਂ ਨੂੰ, ਲਾਸਟ ਤੇ ਬੇਨਤੀ ਕਰਨ ਲੱਗਦੇ ਹਾਂ ਵੀ ਤੁਸੀਂ ਵੀ 20-20 ਫੁੱਟ ਤੱਕ ਕਣਕ ਥੱਲੋਂ ਵੱਢ ਦਿਓ, ਖੇਲਾਂ ਦੇ ਵਿੱਚ ਪਾਣੀ ਪਾ ਕੇ ਰੱਖੋ, ਤੇ ਆਪਣਾ ਖਾਲਾਂ ਦੇ ਵਿੱਚ ਪਾਣੀ ਪਾ ਕੇ ਰੱਖੋ, ਜਿਹਦੇ ਮੱਥੇ ਪੱਕਾ ਖਾਲਾ ਉਹ ਵੀ ਭਰ ਲਓ, ਖਾਲਾ ਦਾ ਘੰਟੇ ਬਾਅਦ ਤਾਂ ਪਾਣੀ ਸੁੱਕ ਜਾਂਦਾ ਯਾਰ, ਕਿਉਂ ਬੱਕਲੇ ਪੱਕੇ ਖਾਲ ਕਿੱਥੇ ਨੇ, ਪੱਕੇ ਖਾਲ ਵੀ ਸੁੱਕ ਜਾਂਦਾ ਦਿਨ ਤੋਂ ਬਾਅਦ, ਜਿਹੜੇ ਬੰਦੇ ਬੀੜੀਆਂ ਪੱਤੀਆਂ ਪੀਂਦੇ ਨੇ ਉਹਨਾਂ ਨੂੰ ਵੀ ਕਹੋ, ਹਾਂ ਇੱਕ ਬੰਦੇ ਜਿਹੜੇ ਸਿਗਰਟ ਬੀੜੀ
ਬੀੜੀ ਕੋਈ ਨਹੀਂ ਪੀਂਦੇ ਨੇਗੇ ਉਹਦਾ ਧਿਆਨ ਰੱਖੋ। ਸੜਕ ਤੇ ਜਿਹੜੇ ਜਾਂਦੇ ਨੇ ਉਹੀ ਸੱਟਦੇ ਨੇ, ਕਈ ਵਾਰੀ ਬੀੜੀ ਸਿਗਰਟ ਵੀ ਕਈ ਸੜ ਦਿੰਦੇ ਨੇਗੇ ਮਚੋਰ ਤੇ ਜਿਹੜਾ ਨਹੀਂ ਪਤਾ। ਕਈ ਵਾਰੀ ਇਹੋ ਜਿਹੀ ਦੁਰਘਟਨਾ ਕਣਕ ਦੇ ਵਿੱਚ ਬਰਫ਼ ਪੈ ਗਈ, ਪ੍ਰਸ਼ਾਸਨ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਜਾਂਦੇ ਨੇ, ਪ੍ਰਧਾਨ ਸਾਹਿਬ ਕਣਕਾਂ ਬਾਰੇ ਦੱਸ ਰਹੇ ਹਾਂ, ਮੈਂ ਕਿਹਾ ਬਿਜਲੀ ਮਹਿਕਮੇ ਨੂੰ ਚੇਤਾਵਨੀ ਦੇ ਰਹੇ ਹਾਂ, ਪਹਿਲਾਂ ਹੀ ਦੇਤੀ ਮੈਂ ਕਿਹਾ ਫਿਰ ਤੇ ਤਾਂ ਕਰਕੇ ਬਿਜਲੀ ਮਹਿਕਮੇ ਨੂੰ ਕੋਈ ਬੱਤੀ ਖੋਲਣਾ ਕਰ ਦੇਣਾ ਉੱਥੇ ਲੈਣਾ ਤੇ ਆਪ ਜ਼ਿੰਮੇਵਾਰ ਰਹੋ, ਕਿਤੇ ਵੀ ਕੋਈ ਤਾਰ ਢਿੱਲੀ ਉਹਨੂੰ ਤਾਰ ਨੂੰ ਕੱਸਿਆ ਜਾਵੇ, ਇਹ ਜ਼ਿੰਮੇਵਾਰੀ ਬਿਜਲੀ ਮਹਿਕਮੇ ਦੀ ਆ, ਬਹੁਤ ਤਨਖਾਹਾਂ ਲੈਂਦੇ ਹੋ। ਬਸ ਲਾਸਟ 'ਤੇ ਅਸੀਂ ਲਾਈਵ ਕੱਟਣਾ ਤਾਂ ਅਸੀਂ ਇੱਕ ਅੱਧੀ ਵਾਰ ਇਹ ਫੇਰ ਲਾਈਵ ਹੋ ਕੇ ਚੇਤਾਵਨੀ ਦੇ ਦਾਂਗੇ, ਕਿਉਂਕਿ ਇਹ ਜ਼ਰੂਰੀ ਸੀਗਾ। ਹੁਣ ਸਾਰੀਆਂ ਹੀ ਇੱਕੋ ਹੀ ਚੀਜ਼ ਦਿਖਾਈ ਜਾਂਦਾ ਮੀਡੀਆ ਵਾਲਾ, ਸਾਨੂੰ ਤਾਂ ਆਕੜਾ ਨਾ ਮੌਤ ਆ, ਆਹ ਪੱਤਰਕਾਰਾਂ ਨੂੰ ਆਕੜਾ ਨਾ ਮੌਤ ਆ, ਇੱਕੋ ਹੀ ਗੱਲ ਤੇ ਇਕੱਲੀ ਇਕੱਲਾ ਕਰੋਨਾ ਕਰੋਨਾ ਚੱਕੀ ਫਿਰਦੇ, ਲੋਕਾਂ ਦੇ ਦਿਮਾਗ ਫੇਲ ਕਰਤੇ ਇਹਨਾਂ ਨੇ ਵੀਡੀਓ ਪਾ ਪਾ ਕੇ। ਮੈਂ ਕਹਿੰਦਾ ਬਚਾਅ ਰੱਖਣਾ ਬਹੁਤ ਜ਼ਰੂਰੀ ਹੈ, ਪਰ ਲੋਕਾਂ ਨੇ ਵੀ ਦਿਮਾਗ ਇੱਕੋ ਹੀ ਕਰੋਨਾ ਕਰੋਨਾ ਕਰੋਨਾ, ਇਹ ਪੱਤਰਕਾਰ ਦੇ ਇੰਨੇ ਬਕਾਊ ਮਾਲ ਆ, ਮੈਂ ਤਾਂ ਬਕਾਊ ਮਾਲ ਹੀ ਕਹਿਣਾ ਹੁਣ ਇਹਨੇ, ਜਦੋਂ ਉਹਨਾਂ ਨੇ ਕੋਈ ਚੱਜ ਦੀ ਖਬਰ ਹੀ ਨਹੀਂ ਲਾਉਣੀ। ਲੋਕਾਂ ਨੂੰ ਕਹਿ ਦੋ, ਮੇਨ ਗੱਲ ਲੋਕਾਂ ਨੂੰ ਵੀ ਤੁਸੀਂ ਧਿਆਨ ਰੱਖੋ। ਹਾਂ ਲੋਕਾਂ ਨੂੰ ਤਾਂ ਮੈਂ ਕਹਿਤਾ, ਲੋਕਾਂ ਨੂੰ ਤਾਂ ਚੇਤਾਵਨੀ ਦੁਬਾਰੇ ਫੇਰ ਕੱਲ ਨੂੰ ਲਾਈਵ ਹੋ ਜਾਵਾਂਗੇ ਆਪਾਂ ਆਕੜਾ, ਜਿਹੜੇ ਸਿਗਰਟ ਬੱਤੀਆਂ ਪੀਂਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਕਰਦੇ ਨੇ। ਸਿਗਰਟ ਬੱਤੀਆਂ ਬਾਈ ਬਣ ਕੇ ਜਿਹੜੇ ਸਿਗਰਟ ਬੱਤੀ ਪੀਂਦੇ ਨੇ ਉਹ ਆਪਦਾ ਧਿਆਨ ਰੱਖਣ, ਜੇ ਕਿਤੇ ਜੂਤ ਫਿਰੂ, ਜੇ ਕਿਤੇ ਦਾ ਪਤਾ ਲੱਗ ਗਿਆ ਵੀ ਸਿਗਰਟ ਬੱਤੀ ਪੀ ਕੇ ਛੱਡਤੀ ਕਿਤੇ, ਜੂਤ ਫੇਰ ਦਿਓ, ਠੀਕ ਹੈ। ਫਾਇਰ ਬ੍ਰਿਗੇਡ ਵਾਲੀ ਢਿੱਲ ਵਰਤੀ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਆਪਾਂ ਚੱਕੇ ਲਾਈਵ ਕਰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।